ਅਰਦਾਸ ਕੀਤਾ ਸਾਨੂੰ ਜੇ ਤੁਹਾਡੇ ਤੋਂ ਸੰਕਟ ਦਾ ਜੇ ਕੌਣ ਜ਼ਿੰਮੇਵਾਰ ਹੈ। ਸਾਨੂੰ ਬੜੇ ਵੇਲੇ ਸਮਝਾਇਆ ਕਿ ਬੇਟਾ ਤੁਸੀਂ 18 ਸਾਲ ਤੋਂ ਘੱਟ ਉਮਰ ਦੇ ਬੱਚੇ ਕੋਈ ਵੀ 2 ਵੀਲਰ ਜਾਂ 4 ਵੀਲਰ ਨਹੀਂ ਚਲਾ ਸਕਦਾ, ਪਰ ਤੁਸੀਂ ਹਟਦੇ ਨਹੀਂ। ਔਰ ਤੁਹਾਡੀ ਸਪੀਡ ਇੰਨੀ ਸੀ ਕਿ ਤੁਹਾਡੀ ਸਪੀਡ ਦੇਖ ਕੇ ਸਾਡੇ ਪੈਰਾਂ ਥੱਲੋਂ ਮਿੱਟੀ ਨਿਕਲ ਗਈ। ਅਤੇ ਗਿਫਟ ਤੁਹਾਡਾ ਤਿਆਰ ਹੈ, ਜਿੱਥੇ ਤੁਸੀਂ ਟਿਊਸ਼ਨ 'ਤੇ ਜਾਣਾ ਸੀਗਾ ਟਿਊਸ਼ਨ 'ਤੇ ਤੁਹਾਨੂੰ ਅਸੀਂ ਆਪ ਛੱਡ ਕੇ ਆਉਣੇ ਹਾਂ। ਤੁਸੀਂ ਬਿਲਕੁਲ ਟ੍ਰਿਪਲਿੰਗ ਨਹੀਂ ਕਰਨੀ, 2 ਬੱਚੇ ਗੱਡੀ ਵਿੱਚ ਬੈਠੋ, 1 ਬੱਚਾ ਬੈਠੋ ਮੇਰੇ ਨਾਲ ਐਕਟਿਵਾ ਦੇ, ਅਸੀਂ ਤੁਹਾਨੂੰ ਟਿਊਸ਼ਨ 'ਤੇ ਛੱਡ ਕੇ ਆਉਂਦੇ ਹਾਂ। ਅਤੇ ਅੱਗੇ ਤੋਂ ਬੱਚਿਓ ਇਹ ਜਿਹੜੀ ਗਲਤੀ ਉਹ ਬਿਲਕੁਲ ਨਹੀਂ ਕਰਨੀ। ਆਪਣੇ ਪੇਰੈਂਟਸ ਨੂੰ ਵੀ ਜਾ ਕੇ ਦੱਸਣਾ ਕਿ ਸਾਡਾ ਚਲਾਨ ਕੱਟਿਆ ਗਿਆ, 1 ਤੁਸੀਂ ਉਮਰ ਘੱਟ ਹੈ ਤੁਹਾਡੀ, ਅਤੇ ਦੂਸਰਾ ਤੁਸੀਂ 3 ਬੱਚੇ ਬੈਠੇ ਹੋ, ਭਾਵੇਂ ਤੁਹਾਡੀ ਟ੍ਰਿਪਲਿੰਗ ਨਹੀਂ ਬਣਦੀ ਛੋਟੀ ਏਜ ਕਰਕੇ, ਪਰ ਤੁਸੀਂ ਬੇਟਾ ਇੰਨੀ ਤੇਜ਼ ਐਕਟਿਵਾ ਨਹੀਂ ਚਲਾ ਸਕਦੇ। ਤਸਵੀਰ ਦੇ ਵਿੱਚ ਸਕੂਟੀ ਤੇ ਨਜ਼ਰ ਆ ਰਿਹਾ ਇੱਕ ਟ੍ਰੈਫਿਕ ਇੰਚਾਰਜ ਤੇ ਪਿੱਛੇ ਬੈਠਾ ਜਵਾਨ, ਇਹ ਨਾ ਤਾਂ ਕੋਈ ਰਿਸ਼ਤੇਦਾਰ ਹੈ ਤੇ ਨਾ ਹੀ ਇਹ ਕਿਸੇ ਨੂੰ ਕੋਈ ਲਿਫਟ ਦੇ ਰਹੇ ਨੇ। ਦਰਅਸਲ ਇੱਕ ਧਾਕੜ PCR ਇੰਚਾਰਜ ਹੈ ਜਿਸ ਦੇ ਹੱਥਾਂ ਤੋਂ ਹੁੱਲੜਬਾਜ਼ ਕਦੇ ਬਚ ਨਹੀਂ ਸਕਦੇ, ਬਲਕਿ ਖੁਦ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਗਿਫਟ ਦੇ ਕੇ ਆਂਦਾ ਹੈ, ਉਹ ਵੀ ਮੋਟਾ ਚਲਾਨ। ਇਹਨਾਂ ਦੇ ਹੱਥੀ ਹੁਣ 3 ਐਸੇ ਜਵਾਕ ਚੜ ਗਏ ਜੋ ਇੱਕ ਸਕੂਟੀ ਤੇ ਸਵਾਰ ਹੋ ਕੇ ਟ੍ਰਿਪਲਿੰਗ ਕਰਦੇ ਹੋਏ ਬੜੇ ਮਜ਼ੇ ਨਾਲ ਜਾ ਰਹੇ ਸੀ, ਤਾਂ ਇਸ ਟ੍ਰੈਫਿਕ ਪੁਲਿਸ ਇੰਚਾਰਜ ਨੇ ਉਹਨਾਂ ਨੂੰ ਰੋਕਿਆ ਅਤੇ ਫਿਰ ਉਹਨਾਂ ਦੀ ਰੇਲ ਬਣਾਈ, ਸਬਕ ਸਿਖਾਇਆ, ਮੋਟਾ ਚਲਾਨ ਕੱਟਿਆ ਤੇ ਫਿਰ ਖੁਦ 2 ਮੁੰਡਿਆਂ ਨੂੰ ਆਪਣੀ ਗੱਡੀ ਦੇ ਵਿੱਚ ਉਹਨਾਂ ਦੇ ਘਰ ਛੱਡਿਆ ਅਤੇ ਤੀਸਰੇ ਨੂੰ ਉਸੇ ਦੀ ਸਕੂਟੀ ਤੇ ਬਿਠਾ ਕੇ ਘਰ ਤੱਕ ਛੱਡ ਕੇ ਆਏ ਨੇ ਤੇ ਨਾਲ ਹੀ ਪਰਿਵਾਰ ਨੂੰ ਵੀ ਦੱਸ ਕੇ ਆਏ ਨੇ ਕਿ ਇਹਨਾਂ ਨੇ ਕੀ ਕੀਤਾ। ਤਸਵੀਰਾਂ ਹੁਸ਼ਿਆਰਪੁਰ ਦੀਆਂ ਨੇ ਜਿੱਥੇ ਹੁਸ਼ਿਆਰਪੁਰ ਦੇ ਵਿੱਚ ਇਸ PCR ਇੰਚਾਰਜ ਦੇ ਵੱਲੋਂ ਅਜਿਹੇ ਹੁੱਲੜਬਾਜ਼ਾਂ ਨੂੰ ਰੋਕਿਆ ਗਿਆ ਜੋ 3 ਜਵਾਕ ਇੱਕੋ ਹੀ ਸਕੂਟੀ ਤੇ ਸਵਾਰ ਹੋ ਕੇ ਜਾ ਰਹੇ ਸਨ, ਟ੍ਰਿਪਲਿੰਗ ਕਰ ਰਹੇ ਸਨ, ਨਿਯਮਾਂ ਦੀ ਉਲੰਘਣਾ ਕਰ ਰਹੇ ਸਨ। ਤਾਂ ਉਹਨਾਂ ਨੂੰ ਰੋਕ ਕੇ ਪਹਿਲਾਂ ਤਾਂ ਉਹਨਾਂ ਨੂੰ ਸਮਝਾਇਆ ਗਿਆ ਅਤੇ ਫਿਰ ਉਹਨਾਂ ਦਾ ਮੋਟਾ ਚਲਾਨ ਕੱਟਿਆ ਗਿਆ। ਨਾਲ ਹੀ ਇਹਨਾਂ 3 ਦੇ ਵਿੱਚੋਂ 2 ਨੂੰ ਆਪਣੀ ਗੱਡੀ ਦੇ ਵਿੱਚ ਘਰ ਭੇਜਿਆ, ਜਦਕਿ 1 ਨੂੰ ਖੁਦ ਸਕੂਟੀ ਚਲਾ ਕੇ ਪਿੱਛੇ ਬਿਠਾ ਕੇ ਘਰ ਤੱਕ ਛੱਡ ਕੇ ਆਏ ਨੇ। ਦੱਸ ਦਈਏ ਕਿ ਇਹ ਉਹੀ ਧਾਕੜ PCR ਇੰਚਾਰਜ ਸੁਭਾਸ਼ ਭਗਤ ਹੈ ਜੋ ਕਦੇ ਵੀ ਕਿਸੇ ਹੁੱਲੜਬਾਜ਼ ਨੂੰ ਛੱਡਦਾ ਨਹੀਂ ਹੈ, ਬਲਕਿ ਉਹਨਾਂ ਦੇ ਘਰ ਜਾ ਕੇ ਵੀ ਉਹਨਾਂ ਨੂੰ ਚਲਾਨ ਦੇ ਰੂਪ 'ਚ ਗਿਫਟ ਦੇ ਕੇ ਆਉਂਦਾ ਹੈ। ਇਸੇ ਹੀ ਇੰਚਾਰਜ ਦੇ ਹੱਥੇ ਇਹ 3 ਜਵਾਕ ਵੀ ਚੜ ਗਏ ਜੋ ਮਸਤੀ ਕਰਦੇ ਹੋਏ ਟ੍ਰਿਪਲਿੰਗ ਕਰਦੇ ਹੋਏ ਸਕੂਟੀ ਤੇ ਜਾ ਰਹੇ ਸਨ, ਤਾਂ ਅੱਗੇ ਨਾਕਾ ਲਾਈ ਖੜੇ ਇਸ PCR ਇੰਚਾਰਜ ਨੇ ਇਹਨਾਂ ਨੂੰ ਰੋਕਿਆ ਅਤੇ ਫਿਰ ਇਹਨਾਂ ਨੂੰ ਖੂਬ ਸਬਕ ਸਿਖਾਇਆ, ਮੋਟਾ ਚਲਾਨ ਵੀ ਕੱਟਿਆ ਤੇ ਫਿਰ ਇਹਨਾਂ ਨੂੰ ਘਰ ਤੱਕ ਵੀ ਪਹੁੰਚਾਇਆ। ਨਾਲ ਹੀ ਇਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਆਗਾਹ ਕੀਤਾ ਗਿਆ ਹੈ ਕਿ ਜਵਾਕਾਂ ਦੇ ਹੱਥ 'ਚ ਗੱਡੀ ਨਾ ਦਿਓ ਅਤੇ ਟ੍ਰਿਪਲਿੰਗ ਕਰਨਾ ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨਾ ਸਰਾਸਰ ਗਲਤ ਹੈ। ਜੇ ਤੁਹਾਡੇ ਤੋਂ ਸੰਕਟ ਦਾ ਜੇ ਕੌਣ ਜ਼ਿੰਮੇਵਾਰ ਹੈ, ਸਾਨੂੰ ਬੜੇ ਵੇਲੇ ਸਮਝਾਇਆ ਕਿ ਬੇਟਾ ਤੁਸੀਂ 18 ਸਾਲ ਤੋਂ ਘੱਟ ਉਮਰ ਦੇ ਬੱਚੇ ਕੋਈ ਵੀ 2 ਵੀਲਰ ਜਾਂ 4 ਵੀਲਰ ਨਹੀਂ ਚਲਾ ਸਕਦਾ, ਪਰ ਤੁਸੀਂ ਹਟਦੇ ਨਹੀਂ। ਔਰ ਤੁਹਾਡੀ ਸਪੀਡ ਇੰਨੀ ਸੀ ਕਿ ਤੁਹਾਡੀ ਸਪੀਡ ਦੇਖ ਕੇ ਸਾਡੇ ਪੈਰਾਂ ਥੱਲੋਂ ਮਿੱਟੀ ਨਿਕਲ ਗਈ। ਅਤੇ ਗਿਫਟ ਤੁਹਾਡਾ ਤਿਆਰ ਹੈ, ਜਿੱਥੇ ਤੁਸੀਂ ਟਿਊਸ਼ਨ 'ਤੇ ਜਾਣਾ ਸੀਗਾ ਟਿਊਸ਼ਨ 'ਤੇ ਤੁਹਾਨੂੰ ਅਸੀਂ ਆਪ ਛੱਡ ਕੇ ਆਉਣੇ ਹਾਂ। ਤੁਸੀਂ ਬਿਲਕੁਲ ਟ੍ਰਿਪਲਿੰਗ ਨਹੀਂ ਕਰਨੀ, 2 ਬੱਚੇ ਗੱਡੀ ਵਿੱਚ ਬੈਠੋ, 1 ਬੱਚਾ ਬੈਠੋ ਮੇਰੇ ਨਾਲ ਐਕਟਿਵਾ ਦੇ, ਅਸੀਂ ਤੁਹਾਨੂੰ ਟਿਊਸ਼ਨ 'ਤੇ ਛੱਡ ਕੇ ਆਉਂਦੇ ਹਾਂ। ਅਤੇ ਅੱਗੇ ਤੋਂ ਬੱਚਿਓ ਇਹ ਜਿਹੜੀ ਗਲਤੀ ਉਹ ਬਿਲਕੁਲ ਨਹੀਂ ਕਰਨੀ। ਆਪਣੇ ਪੇਰੈਂਟਸ ਨੂੰ ਵੀ ਜਾ ਕੇ ਦੱਸਣਾ ਕਿ ਸਾਡਾ ਚਲਾਨ ਕੱਟਿਆ ਗਿਆ, 1 ਤੁਸੀਂ ਉਮਰ ਘੱਟ ਹੈ ਤੁਹਾਡੀ ਅਤੇ ਦੂਸਰਾ ਤੁਸੀਂ 3 ਬੱਚੇ ਬੈਠੇ ਹੋ, ਭਾਵੇਂ ਤੁਹਾਡੀ ਟ੍ਰਿਪਲਿੰਗ ਨਹੀਂ ਬਣਦੀ ਛੋਟੀ ਏਜ ਕਰਕੇ, ਪਰ ਤੁਸੀਂ ਬੇਟਾ ਇੰਨੀ ਤੇਜ਼ ਐਕਟਿਵਾ ਨਹੀਂ ਚਲਾ ਸਕਦੇ।